ਬਾਕੀ ਤੁਹਾਨੂੰ ਮਿਲਾਉਂਦੇ ਆ ਸਾਡੇ ਭਰਾ ਨਾਲ ਜਿਨ੍ਹਾਂ ਦਾ ਗਾਣਾ ਆ, ਚੈੱਕ ਕਰੋ ਪਰ ਗਾਣੇ ਚ ਪੂਰਾ ਤਿੱਖਾ ਚੱਲੂਗਾ, ਤਿੱਖਾ ਚੱਲੂਗਾ। ਤੇ ਇੰਦਰ ਐਕਸ ਬਾਲ ਆਮ ਗੱਲ ਨੀ। ਹਾਲੋ ਜੀ, ਹਾਲੋ ਮੁੱਖ ਮੰਤਰੀ, ਕਰਤਾ ਕਰਤਾ ਕੰਮ ਕਰਤਾ ਕੰਮ ਇਹਨਾਂ ਨੇ, ਸਮੋਕ ਕਰਦਾ ਲੋਹੜੀ ਪਾਉਣ ਡਏ ਆ। ਉਹ ਚਾੜਤੇ ਉੱਤੇ ਤੇ ਹੁਣ ਆਪਾਂ ਇੱਧਰ ਲਾਵਾਂਗੇ ਡਰੋਨ ਦੇ ਸ਼ਾਟ। ਬਾਈ ਜੀ ਇਹਨਾਂ ਗੱਲਾਂ ਕਰਕੇ ਤੁਹਾਨੂੰ ਹਲੇ ਅਸਲੀ ਹਥਿਆਰ ਨਹੀਂ ਫੜਾਉਣੇ। ਉਹ ਜੀ ਪੱਬਜੀ ਵਾਲੇ ਹੱਥ ਗੰਨ ਆ ਗਏ ਇੱਧਰ। ਬਾਕੀ ਲਾਈਕ ਸਬਸਕ੍ਰਾਈਬ ਕਰਿਓ, ਬਾਕੀ ਸ਼ੇਅਰ ਦੱਬ ਕੇ ਕਰ ਦਿਓ। ਇਸੇ ਚੈਨਲ ਤੇ ਆਉਣਾ ਆ, ਬਾਕੀ ਕਿੰਨੇ ਵਜੇ ਆਉਣਾ ਕਦੋਂ ਆਉਣਾ ਬਾਅਦ ਚ ਦੱਸਾਂਗੇ। ਤੇ ਬਸ ਫਰੇਮ ਹੀ ਫਰੇਮ ਆ, ਜਿੱਦਾਂ ਕਹਿੰਦੇ ਜਦੋਂ ਜਾ ਕੋਦੋ ਸਵੇਰਾ ਜਿੱਥੇ ਖੜਗੇ ਉੱਥੇ ਫਰੇਮ, ਗੱਲ ਖਤਮ। ਕੈਂਸਰ ਰੋਸ਼ਨ ਚਿਹਰਾ ਦਿਖਾਓ, ਬੱਲਾ 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 ਆ ਗਿਆ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਤੁਹਾਡਾ ਸਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਕਿ ਲਗਭਗ ਤੁਸੀਂ ਥੰਬਨੇਲ ਦੇਖ ਹੀ ਲਿਆ ਹੋਊਗਾ, ਇਹ ਬਲੌਗ ਬਣਾਉਣ ਤਾਂ ਲੱਗੇ ਹਾਂ ਕਿਉਂਕਿ ਸਾਡੇ ਖਾਸ ਭਰਾ ਦਾ ਗਾਣਾ ਆ, ਕਾਫੀ ਟਾਈਮ ਤੋਂ ਰਿਕਾਰਡ ਕੀਤਾ ਸੀਗਾ ਤੇ ਸ਼ੂਟ ਮਤਲਬ ਸਾਡੇ ਕੋਲ ਪਹਿਲਾਂ ਤਾਂ ਟਾਈਮ ਲੱਗਾ ਕਿ ਰਿਕਾਰਡਿੰਗ ਜਿਹੜੀ ਆਪਣੀ ਮਿਊਜ਼ਿਕ ਵਗੈਰਾ ਬਣਾਇਆ ਆਪਾਂ ਉਹ ਲਿਆਈ ਹੈ ਨਾ, ਤੇ ਫਿਰ ਮਿਊਜ਼ਿਕ ਆਇਆ ਸਾਡੇ ਕੋਲ ਸਾਰਾ ਜੋ ਵੀ ਗਾਣਾ ਰਿਕਾਰਡ ਹੋਇਆ, ਉਸ ਤੋਂ ਬਾਅਦ ਫਿਰ ਹੁਣ ਆਪਾਂ ਅੱਜ ਆਏ ਸ਼ੂਟ ਕਰਨ। ਤੇ ਪਹਿਲਾਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਅਸੀਂ ਸਾਡੇ ਉਸਤਾਦ ਜੀ ਕੁਲਵਿੰਦਰ ਸਿੰਘ ਵਿਰਦੀ ਵਿਰਦੀ ਫਿਲਮ ਮੀਡੀਆ ਤੋਂ, ਜਿਨ੍ਹਾਂ ਕਰਕੇ ਅਸੀਂ ਅੱਜ ਗਾਣਾ ਸ਼ੂਟ ਕਰਨ ਲੱਗੇ ਹਾਂ, ਸ਼ੂਟ ਕਰਨ ਜੋਗੇ ਹੋਏ ਹਾਂ, ਠੀਕ ਆ ਜੀ। ਉਹਨਾਂ ਦਾ ਬਹੁਤ ਧੰਨਵਾਦ ਆ, ਬਾਕੀ ਤੁਹਾਨੂੰ ਮਿਲਾਉਂਦੇ ਹਾਂ ਸਾਡੇ ਭਰਾ ਨਾਲ ਜਿਨ੍ਹਾਂ ਦਾ ਗਾਣਾ ਆ। ਅਤੇ ਇੱਧਰ ਸਾਡੇ ਬਲ ਤਲਵੰਡੀ, ਸਤਿ ਸ਼੍ਰੀ ਅਕਾਲ ਜੀ, ਇਹ ਸਾਡਾ ਵੱਡਾ ਭਰਾ ਅਤੇ ਇਹਨਾਂ ਦਾ ਗਾਣਾ ਆ। ਅਤੇ ਗਾਣਾ ਆਪਾਂ ਸ਼ੂਟ ਕਰਾਂਗੇ ਅਤੇ ਇੱਥੇ ਤੁਹਾਨੂੰ ਲੋਕੇਸ਼ਨ ਦਿਖਾ ਦਈਏ, ਥੋੜ੍ਹੀ ਜਿਹੀ ਮੰਡੀ 'ਚ ਖੜ੍ਹੇ ਹਾਂ ਆਪਾਂ ਮਾਨਕ ਢੇਰੀ, ਅਤੇ ਇੱਥੇ ਪਰਮਿਸ਼ਨ ਵਗੈਰਾ ਆਪਾਂ ਲੈ ਲਈ ਸੀਗੀ ਕੱਲ੍ਹ, ਸਾਰੀ ਸਰਪੰਚ ਸਾਹਿਬ ਤੋਂ ਵੀ ਲੈ ਲਈ ਸੀਗੀ, ਅਤੇ ਬਾਕੀ ਇੱਥੇ ਤਾਂ ਹੈ ਨਹੀਂ ਕੋਈ, ਜਿਹੜਾ ਕੋਈ ਆੜਤੀ ਵਗੈਰਾ ਵੀ ਇੱਥੋਂ ਲੈ ਲਈ ਹੈ ਨਾ ਆਪਣੇ ਭਰਾ ਨਹੀਂ ਹੋਰ। ਅਤੇ ਸ਼ੂਟ ਕਰਾਂਗੇ, ਉਹ ਸਵੇਰੇ ਧੁੰਦ ਬਹੁਤ ਸੀਗੀ ਅਤੇ ਤਰੀਕ ਅੱਜ ਹੈਗੀ ਆ ਜੀ 14 ਦਸੰਬਰ 2023, ਅਤੇ ਸ਼ੂਟ ਕਰਨ ਲੱਗੇ ਹਾਂ। ਅਤੇ ਬਲੌਗ ਬਣਾਉਣ ਦਾ ਤਾਂ ਸਾਡਾ ਮੇਨ ਮਕਸਦ ਆ ਕਿ ਤੁਹਾਨੂੰ ਦੱਸਿਆ ਜਾਵੇ ਕਿ ਸਾਡਾ ਗਾਣਾ ਆਉਣਾ ਆ, ਕੋਈ ਪ੍ਰਮੋਸ਼ਨ ਨਹੀਂ ਹੋ, ਕੋਈ ਕੁਛ ਨਹੀਂ ਹੋ, ਇਸੇ ਚੈਨਲ 'ਤੇ ਸਾਡਾ ਗਾਣਾ ਆਉਣਾ ਆ। ਆਪ ਹੀ ਸ਼ੂਟ ਕੀਤਾ ਸਾਰੇ ਭਰਾਵਾਂ ਨੇ ਰਲ ਮਿਲ ਕੇ, ਕੋਈ ਵੀ ਗੱਡੀਆਂ ਵਗੈਰਾ ਕਹਿ ਲਓ ਸ਼ੂਟ ਜਾਂ ਜਿੰਨਾ ਵੀ ਸਾਡਾ ਸਮਾਨ ਆ ਸ਼ੂਟਿੰਗ ਦੇ ਵਿੱਚ ਸਾਰਾ ਖੁਦ ਹੀ ਆਪਾਂ ਲਿਆਂਦਾ ਆ। ਅਤੇ ਇੱਥੇ ਖੜ੍ਹੇ ਹਾਂ, ਡਰੋਨ ਵਗੈਰਾ ਸਾਡੇ ਕੋਲ ਹੈਗੇ ਆ, ਕੈਮਰੇ ਹੈਗੇ ਆ, ਸ਼ੂਟ ਆਪਾਂ ਕਰ ਲੈਣਾ ਆ ਵਧੀਆ। ਅਤੇ ਬਣੇ ਰਹਿਣ ਵਾਲੇ ਤੁਹਾਨੂੰ ਦਿਖਾਉਂਦੇ ਹਾਂ ਬਈ ਸ਼ੂਟ ਦੀਆਂ ਕਲਿੱਪਾਂ, ਸਾਡੇ ਹੋਰ ਹਲੇ ਬੰਦੇ ਆਉਣੇ ਆ, ਬਾਕੀ ਭਰਾ ਸਾਡੇ ਆ ਰਹੇ ਆ, ਕੁਛ ਘੁਫਰੋਂ ਆ ਰਹੇ, ਕੁਛ ਪਿੰਡੋਂ ਆ ਰਹੇ ਆ। ਅਤੇ ਸਪੈਸ਼ਲ ਥੈਂਕਸ ਦੇ ਵਿੱਚ ਆਪਾਂ ਲਗਭਗ ਸਾਰਿਆਂ ਦੇ ਨਾਮ ਦੇ ਹੀ ਦੇਣੇ ਆ। ਅਤੇ ਸ਼ੂਟ ਜਦੋਂ ਆਪਾਂ ਪੈਕਅਪ ਕਰਾਂਗੇ ਲਾਸਟ 'ਤੇ, ਅੱਜ ਥੋੜ੍ਹੇ ਨਾਈਟ ਸ਼ੂਟ ਵੀ ਆ ਡੇ। ਅਤੇ ਇਹ ਹੈਗਾ ਜੀ ਸਾਡੇ ਕੈਮਰਾਮੈਨ ਜਿਹੜੇ ਸਾਡੇ ਬਲੌਗ ਦੇ ਵਿੱਚ ਸਾਡੇ ਮੋਬਾਈਲ ਦੇ ਉੱਤੇ ਸਾਨੂੰ ਦਿਖਾਉਂਦੇ ਆ। ਅਤੇ ਇਹ ਸਾਡੇ ਕੈਮਰਾਮੈਨ ਆ, ਸਾਡਾ ਛੋਟਾ ਭਰਾ ਨਿੰਦਰ, ਇਹਦਾ ਬਹੁਤ ਯੋਗਦਾਨ ਹੋਊਗਾ ਅੱਜ ਸਾਡੇ ਨਾਲ, ਕਿਉਂਕਿ ਕੁਛ ਕੁ ਸ਼ੂਟ ਇਹਨੇ ਕਰਨਾ ਸਾਡੇ ਨਾਲ, ਕੁਛ ਕੁ ਮੈਂ ਕਰਨਾ, ਰਲ ਮਿਲ ਕੇ ਕੰਮ ਆ ਸਾਰਾ। ਅਤੇ ਬਾਕੀ ਇਹ ਮੁੰਡਾ ਸਾਡਾ ਹਾਲੇ ਕੰਮ ਸਿੱਖਦਾ ਪਿਆ ਨਾਲ। ਲਓ ਜੀ ਇੱਧਰ ਸਾਡੇ ਢਿੱਲੋਂ ਸਾਹਿਬ ਸੁੱਖ ਢਿੱਲੋਂ, ਇੱਧਰ ਬਲਵਿੰਦਰ ਜੀ ਸਾਡੇ ਇੰਦਰ ਗੋਨੀ, ਇੱਧਰ ਗੋਪੀ ਧਾਮੀ, ਸਨੀ ਭਾਅ ਜੀ ਸਾਡੇ, ਇਹਨਾਂ ਦਾ ਬਹੁਤ ਧੰਨਵਾਦ ਇਹ ਵੀ ਪਹੁੰਚੇ ਆ। ਇੱਧਰ ਸਾਡੇ ਬਲ ਸਾਹਿਬ ਜਿਨ੍ਹਾਂ ਦਾ ਗਾਣਾ ਵੀ ਮਿਲ ਚੁੱਕੇ ਆ ਪਹਿਲਾਂ, ਅਤੇ ਸ਼ੂਟਿੰਗ ਲੱਗਿਆ ਸ਼ੁਰੂ ਕਰਨ, ਲੱਕ ਦੇ ਹੱਥ ਰੱਖਿਓ ਭਾਅ ਜੀ। ਅਤੇ ਇੱਧਰ ਸਾਰੇ ਬੰਦੇ ਸਾਡੇ ਆ ਗਏ ਆ, ਬਾਕੀ ਕਲਿੱਪਾਂ ਤੁਸੀਂ ਦੇਖ ਲਈਆਂ ਪਹਿਲਾਂ, ਮੱਥਾ ਟੇਕ ਲਿਆ, ਅਰਦਾਸ ਬੇਨਤੀ ਹੋ ਗਈ ਆ। ਇਹ ਸ਼ੁਕਲ ਮੇਲਾ ਵੀ ਨਾਲ ਨਾਲ ਚੱਲਦਾ ਰਹੂਗਾ, ਲੱਗਿਆ ਵਾ ਸ਼ੁਰੂ ਕਰਨ ਇੱਧਰ ਬਲੌਗ ਅਸੀਂ, ਤੇ ਸਾਡੇ ਭਰਾ ਦਾ ਵੀ ਚੈਨਲ ਆ, ਚੈਨਲ ਸਾਰਿਆਂ ਦੇ ਲਗਭਗ, ਇਹ ਵੀ ਸਾਡਾ ਬਲੌਗ ਉਹਨਾਂ ਦਾ ਲਿੰਕ ਦੇ ਦੇਵਾਂਗੇ, ਜਿੰਨੇ ਵੀ ਬਲੌਗ ਕਰੇ ਇਹਨਾਂ ਦਾ ਵੀ ਚੈਨਲ ਆ, ਇਹਨਾਂ ਦਾ ਵੀ ਚੈਨਲ ਆ, ਸਾਰਿਆਂ ਦੇ ਲਿੰਕ ਤੁਹਾਨੂੰ ਅੱਜ ਮਿਲਣਗੇ ਇਸੇ ਬਲੌਗ ਦੇ ਵਿੱਚ। ਤੇ ਇੱਧਰ ਭਾਅ ਜੀ ਹੁੰਦਾ ਡੀਜੇ ਦਾ ਕੰਮ ਆ, ਬਾਕੀ ਸਾਰਾ ਜੋ ਵੀ ਤੁਸੀਂ ਕਰਾਉਣਾ ਚਾਹੋ ਇਹਨਾਂ ਕੋਲੋਂ ਨੰਬਰ ਤੁਹਾਨੂੰ ਦੇ ਦੇਵਾਂਗੇ। ਡੀਜੇ ਹੋ ਗਿਆ, ਟੈਕਸੀ ਵਗੈਰਾ ਸਾਰਾ ਭਾਅ ਜੀ ਹੁਣਾਂ, ਗੱਡੀਆਂ ਵਗੈਰਾ ਹੈਗੀਆਂ ਆ, ਕਿਤੇ ਵੀ ਕਾਲ ਕਰ ਸਕਦੇ ਆ। ਬਾਕੀ ਹੁਣ ਸ਼ੁਰੂ ਕਰਦੇ ਆ, ਮਿਲਦੇ ਤੁਹਾਨੂੰ ਬਾਅਦ ਵਿੱਚ।
ਕਰਦੇ ਜੀ ਜਿਹਨੇ ਕਹਿੰਦੇ ਚਾਕੂ ਰੱਖਿਆ ਸ਼ਹਿਰ ਦੇ ਅੱਜ ਹਊ ਲਾਲਾ ਲਾਲਾ ਤੰਗ ਬੱਕੀਆਂ ਤੋਂ ਜਿਹੜਾ ਸੂਟ ਪਾ ਕੇ ਆਈ ਜਾਣਦਾ ਏ ਤੇਰਾ ਤੇ ਬਥੇਰਾ ਜਾਣਦਾ ਮੇਰਾ ਫਲ ਨਾ ਗਲਾ ਮਾ ਕਿੱਥੋਂ ਜੇਰਾ ਜਾਣਦਾ ਹਾਂਜੀ ਸ਼ੂਟ ਚੱਲ ਰਿਹਾ ਆ ਇੱਕ ਵਾਰੀ ਆਪਾਂ ਪੈਰਾ ਸ਼ੂਟ ਕਰ ਲਿਆ ਸਾਰਾ ਦੁਬਾਰਾ ਫੇਰ ਕਰਾਂਗੇ ਤੇ ਇੰਦਰ ਐਕਸ ਬਾਲ ਆਮ ਗੱਲ ਨੀ ਗਾਣੇ ਚ ਪੂਰਾ ਤਿੱਖਾ ਚੱਲੂਗਾ ਸਾਰਿਆਂ ਨੇ ਘੈਂਟ ਥੱਲੇ ਸ਼ੁਰੂ ਹੋਏ ਆ ਥੱਲੇ ਰਾਤ ਦੇ ਵੀ ਸ਼ੋਟ ਆਪਾਂ ਲਾਉਣੇ ਬਣੇ ਰਹੋ ਬਲੌਗ ਦੇ ਵਿੱਚ ਜਾਣਾ ਨੀ A few moments later. ਚਾਲ ਇੱਧਰ ਘੁੰਮਾ ਕੇ ਨਾ ਚਾਲ ਇੱਧਰ ਘੁੰਮ ਕੇ ਥੋੜ੍ਹਾ ਦੁਰਗਾ ਨੂੰ ਕੇਂਦਰ ਆਹ ਚੀਜ਼ ਸਾਈਡ ਬੋਲ ਦੇਣਾ ਇੱਥੇ ਚਾਚੇ ਦੀ ਬੰਦਾ ਤੇਰੀ ਚਾਲ ਨਖਰ ਨੂੰ ਓਕੇ ਆ A few moments later. ਉਹ ਜਿੱਧਰ ਲਾਈਟਾਂ ਆ ਗਈਆਂ ਆ ਤੇ ਸਮੋਕ ਲੱਗਿਆ ਕਰਨ ਇੱਧਰ ਸਮੋਕ ਕਰਕੇ ਤੇ ਇੱਥੇ ਸ਼ੂਟ ਕਰਾਂਗੇ ਬੰਦੇ ਆਨੰਦ ਲੈ ਰਹੇ ਆ ਪੂਰਾ ਆਓ ਜੀ ਸਮੋਕ ਕਰਨ ਵਾਸਤੇ ਆਪਾਂ ਇੱਥੇ ਲਾਤੀ ਆ ਅੱਗ ਕਿਉਂਕਿ ਸਮੋਕ ਮਸ਼ੀਨ ਦਾ ਇੱਥੇ ਪ੍ਰਬੰਧ ਹੈ ਨਹੀਂ ਕਿਉਂਕਿ ਲਾਈਟ ਵਗੈਰਾ ਨਾ ਉਹਦੀ ਪਾਵਰ ਚਾਹੀਦੀ ਹੈ ਹਾਈ ਹੁਣ ਜੇ ਲਾਈਟ ਲੱਗ ਗਈ ਆ ਸਮੋਕ ਇਫੈਕਟ ਲੱਗੇ ਆ ਬਣਾਉਣ ਦੇਸੀ ਤਰੀਕੇ ਨਾਲ ਉਧਰ ਸਿੰਗਰ ਸਾਹਿਬ ਚੜ੍ਹ ਰਿਹਾ ਉੱਪਰ ਉਹ ਚਾੜ੍ਹਤੇ ਉੱਤੇ ਤੇ ਹੁਣ ਆਪਾਂ ਇੱਧਰ ਲਾਵਾਂਗੇ ਡਰੋਨ ਦੇ ਸ਼ੋਟ ਆਹ ਲਓ ਜੀ ਢਿੱਲੋਂ ਸਾਹਿਬ ਹੁਣੀ ਚੱਲੇ ਆ ਸਾਡੇ ਨਾਲੋਂ ਤੇ ਬਾਕੀ ਹੁਣ ਸਾਡੇ ਬੰਦੇ ਆ ਰਹੇ ਆ ਸਭ ਹੀ ਗਿਆ ਸਮੋਸੇ ਲੈਣ ਸਮੋਸਾ ਸੁੱਖੀ ਹੁਣੀ ਐਨ ਟਾਈਮ ਤੇ ਪਹੁੰਚੇ ਚਲੋ ਫਿਲਹਾਲ ਗੱਲ ਇਹ ਆ ਕਿ ਸਾਡਾ ਵੀਰ ਖਾਂਦਾ ਨੀ ਹੈਨਾ ਸੁੱਖੀ ਸੱਚੀ ਨੀ ਖਾਂਦਾ ਬਿਲਕੁਲ ਵੀ ਨਹੀਂ ਸੁੱਖੀ ਨੀ ਸਮੋਸੇ ਖਾਂਦਾ ਸੁੱਖੀ ਤੈਨੂੰ ਗਾਣਾ ਸੁਣਾ ਕਿੱਦਾਂ ਲੱਗਾ ਕਿੱਦਾਂ ਚੱਲ ਪਊ ਐਂਡ ਆ ਬਾਕੀ ਲਾਈਕ ਸਬਸਕ੍ਰਾਈਬ ਕਰਿਓ ਬਾਈ ਜੀ ਇਹਨਾਂ ਗੱਲਾਂ ਕਰਕੇ ਤੁਹਾਨੂੰ ਹਲੇ ਅਸਲੀ ਹਥਿਆਰ ਨਹੀਂ ਫੜਾਉਂਦੇ ਹੈ ਫੜਦੇ ਆ ਤੁਸੀਂ ਆ 70 ਵਾਲੇ ਸਾਲੇ ਦਿਖਾਈ ਜਾਂਦੇ ਆ ਸਾਰਿਆਂ ਨੂੰ ਜਾਗਰ ਸਿੰਗਰ ਆਪ ਹੀ ਹੋਏ ਆ ਮੋਹਰੇ ਕੋਚ ਸਾਹਿਬ ਆਪ ਹੀ ਹੋਏ ਮੋਹਰੇ ਤੇਰੇ ਗੱਲ ਚੈੱਕ ਆਪ ਹੋਏ ਮੋਹਰੇ ਕੋਚ ਸਾਹਿਬ ਕਿਉਂਕਿ ਨਿਆਣੇ ਨੇ ਨਾਲ ਗਈ ਮੇਰੇ ਕੋਲ ਚਾਹ ਬੜੇ ਨੇ ਇਹਨਾਂ ਨੂੰ ਆ ਲਓ ਆਪਾਂ ਝੋਟੀ ਚੋ ਲਈ ਆ ਠੀਕ ਆ ਜੀ ਲਓ ਜੀ ਹਰੀ ਚਟਣੀ ਵੀ ਕੱਢੋ ਇੰਦਰ ਜੀ ਚਟਣੀ ਜਿਹੜੀ ਫੇਮਸ ਉਹਨਾਂ ਦੀ ਹਰੀ ਚਟਣੀ ਸੁੱਕੀ ਸੁੱਕੀ ਖਾ ਯਾਰ ਇੱਕ ਅੱਧਾ ਮੂਰੇ ਆ ਕੇ ਬਹਿ ਪੀਦਾ ਸਹੀ ਉਹ ਮਗਰ ਸਰ ਵੀ ਘੁੰਮਦੇ ਆ ਸਰ ਨੂੰ ਬਾਜ ਮਾਰ ਲਓ ਮਗਰ ਉਹਦੇ ਆਪਣੇ ਭਾਜੀ ਹੁਣੀ ਆਇਆ ਲਓ ਜੀ ਕੋਕ ਦੇ ਨਾਲ ਚਟਣੀਆਂ ਵੀ ਆ ਗਈਆਂ ਇੱਧਰ ਬੱਲ ਹੁਣੀ ਬਹਿ ਗਏ ਆ ਸਾਬੀ ਹੁਣੀ ਤਿਆਰ ਆ ਸੁੱਕੀ ਨੇ ਖਾਣਾ ਨਹੀਂ ਆਹ ਮੁੰਡਾ ਵੀ ਖਾਊਗਾ ਤੇ ਇੱਧਰ ਲਓ ਜੀ ਚੱਕੋ ਸਮੋਸੇ ਤੁਸੀਂ ਵੀ ਕਰੋ ਇੰਜੋਏ ਇੱਧਰ ਚੱਲ ਰਹੇ ਆ ਪਿਆਰ ਨਾਲ ਨਜ਼ਾਰੇ ਆ ਹੁਣ ਹੋ ਗਈ ਜੀ ਚੱਕੋ ਜੀ
ਆ ਕੇ ਮਿਲਦੇ ਆ ਲੋ ਜੀ ਮੁੱਖ ਮੰਤਰੀ ਕਰਤਾ ਕਰਤਾ ਕੰਮ ਕਰਤਾ ਕੰਮ ਇਹਨਾਂ ਨੇ ਲਓ ਜੀ ਹੋ ਗਈ ਹੋ ਗਈ ਹੋ ਗਈ ਅਸਿਸਟੈਂਟ ਡਾਇਰੈਕਟਰ ਸਾਡੇ ਨਿੰਦਰ ਜੀ ਹੁਣੇ ਸਾਡਾ ਇੱਕ ਸ਼ਾਟ ਲਾਉਣਗੇ ਮੇਰਾ ਅਤੇ ਬਲ ਸਾਹਿਬ ਦਾ ਅਤੇ ਉਹ ਤੋਂ ਆਪਾਂ ਹੁਣ ਇੱਥੋਂ ਕਹਿ ਲਏ ਜੀ ਪੈਕਅਪ ਹੋ ਗਿਆ ਆਪਣਾ ਲਗਭਗ ਸਾਰੇ ਯਾਰ ਮਿੱਤਰ ਆਪਣੇ ਚੱਲ ਗਏ ਆ ਅਤੇ ਅਸੀਂ ਰਹਿ ਗਏ ਖੜ੍ਹੇ ਹੁਣ ਇੱਕ ਅੱਧਾ ਸ਼ਾਟ ਲਾ ਕੇ ਬਾਕੀ ਰਾਤ ਨੂੰ ਸ਼ੂਟ ਕਰਾਂਗੇ ਉਹ ਜੀ ਪਾਪਾ ਜੀ ਵਾਲੇ ਹੱਥ ਗੰਨ ਆ ਗਈ ਇੱਧਰ ਛੋਟਾ ਸਮੋਕ ਸੁੱਟ ਸਮੋਕ ਹੈੱਡ ਸ਼ਾਟ ਹੋ ਗਿਆ ਹੈੱਡ ਸ਼ਾਟ ਦੇਪਾ ਡਿਗ ਮਰਨਾ ਹੀ ਪੈਣਾ ਹੋਰ ਕੀ ਕਰਨਾ ਪੈਕਅਪ ਹੋ ਗਿਆ ਆਪਣਾ ਇੱਥੋਂ ਅਤੇ ਕੁਛ ਨਾਈਟ ਸ਼ੋਟ ਆਪਾਂ ਸ਼ੂਟ ਕਰਨੇ ਉਸ ਤੋਂ ਬਾਅਦ ਪੂਰਾ ਪੈਕਅਪ ਕਰਾਂਗੇ ਇੱਧਰ ਕੈਮਰਾ ਹੋ ਰਿਹਾ ਪੈਕ ਨਿੰਦਰ ਹੋਣੀ ਕੈਮਰਾ ਪੈਕ ਕਰ ਰਹੇ A few moments later ਸੈਂਡੀ ਹੋਣੀ ਪਹੁੰਚ ਗਿਆ ਸਾਡੇ ਕੋਲ ਵਿਦ ਢਿੱਲੋਂ ਸਾਹਿਬ ਢਿੱਲੋਂ ਸਾਹਿਬ ਹੋਣੀ ਵੀ ਆ ਗਏ ਆ ਅਤੇ ਇੱਧਰ ਸਾਡੇ ਕੋਲ ਮਨਜੀਤ ਬਲ ਬਲ ਤਲਵੰਡੀ ਭਾਅ ਜੀ ਜਿਹਨਾਂ ਦਾ ਗਾਣਾ ਆ ਅਤੇ ਕੁਛ ਟਾਈਮ ਦੀ ਬ੍ਰੇਕ ਤੋਂ ਬਾਅਦ ਹੁਣ ਦੁਬਾਰਾ ਇੱਧਰ ਨਿੰਦਰ ਹੋਣੀ ਲੱਗੀ ਆ ਇੱਧਰ ਗਿੰਬਲ ਦਾ ਬੈਲੈਂਸ ਕੱਢਣ ਅਤੇ ਸਾਬੀ ਜੀ ਆ ਰਹੇ ਆ ਅਤੇ ਮੋਟਰ 'ਤੇ ਚੱਲੇ ਹਾਂ ਅਤੇ ਲਓ ਜੀ ਪਹੁੰਚ ਗਏ ਆਪਾਂ ਇੱਧਰ ਮੋਟਰ 'ਤੇ ਬਲ ਸਾਹਿਬ ਰੈਡੀ ਬਲ ਸਾਹਿਬ ਰੈਡੀ ਕਾਲਾ ਚਸ਼ਮਾ ਅੱਧੀ ਰਾਤ ਨੂੰ ਲਾ ਲਿਆ ਇਹਨਾਂ ਨੇ ਅਤੇ ਲਾਈਟ ਮਾਰ ਗਏ ਬਲ ਸਾਹਿਬ ਲੱਭ ਰਹੇ ਹਾਂ ਅਤੇ ਇੱਧਰ ਬਲ ਸਾਹਿਬ ਹੋ ਗਏ ਆ ਐਲ ਸੀ ਆਰ ਆਉਂਦੇ ਹਾਂ ਕੈਮਰਾ ਸਾਡਾ ਉਹ ਪਿਆ ਅਤੇ ਬਸ ਫਰੇਮ ਹੀ ਫਰੇਮ ਆ ਜਿੱਦ ਕਹਿੰਦੇ ਜਦੋਂ ਜਾ ਕੇ ਉਦੋਂ ਸਵੇਰਾ ਜਿੱਥੇ ਖੜ੍ਹ ਗਏ ਉੱਥੇ ਫਰੇਮ ਗੱਲ ਖਤਮ ਇੱਧਰ ਸਾਡੇ ਢਿੱਲੋਂ ਸਾਹਿਬ ਵੀ ਪਹੁੰਚ ਗਿਆ ਵਿਦ ਸੈਂਡੀ ਪਹੁੰਚ ਗਿਆ ਅਤੇ ਸਰਬਜੀਤ ਸਾਡੇ ਨਾਲ ਸਰਬਜੀਤ ਲਾਈਟ ਵਿੱਚ ਆਓ ਮੜੇ ਆ ਜੇ ਚਾਂਸ ਰੋਸ਼ਨ ਚਿਹਰਾ ਦਿਖਾਓ ਬੱਲਾ 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 ਆ ਗਏ ਲਓ ਜੀ ਸੈਂਡੀ ਨੂੰ ਵੀ ਲੈ ਲੈਂਦੇ ਵਿੱਚ ਵੀਡੀਓ 'ਤੇ ਕੋਈ ਚੱਕਰ ਨਹੀਂ ਮਾੜਾ ਘੈਂਟ ਲੱਗੂਗਾ ਚੱਕ ਲਓ ਲਓ ਜੀ ਸ਼ੂਟ ਹੋ ਗਿਆ ਆਪਣਾ ਡਨ ਨਿੰਦਰ ਭਾਜੀ ਓਕੇ ਆ ਢਿੱਲੋਂ ਸਾਹਿਬ ਵੀ ਪਹੁੰਚੇ ਢਿੱਲੋਂ ਸਾਹਿਬ ਕਿੱਦਾਂ ਓਕੇ ਰਿਪੋਰਟ ਆ ਕੰਮ ਸਾਰਾ ਸਾਡੇ ਮਨੀ ਭਾਜੀ ਪਹੁੰਚੇ ਆ ਓਕੇ ਆ ਭਾਜੀ ਸਾਬੀ ਨੂੰ ਤੁਸੀਂ ਮਿਲ ਲਿਆ ਪਹਿਲਾਂ ਹੀ ਇਹ ਵੀ ਸ਼ੂਟ 'ਤੇ ਸੀਗਾ ਬਲਵਿੰਦਰ ਇੰਦਰ ਹੋਣੀ ਵੀ ਸੀਗੇ ਲਓ ਜੀ ਘੈਂਟ ਆ ਓਕੇ ਆ ਤੇ ਬਾਕੀ ਇੱਕ ਮਿੰਟ ਹੁਣ ਮੈਂ ਵੀ ਵੀਡੀਓ 'ਚ ਆਉਣਾ ਆ ਕਿਉਂਕਿ ਲਓ ਜੀ ਗੱਲਬਾਤ ਇੱਦਾਂ ਕਿ ਸਾਰਿਆਂ ਨੂੰ ਮਿਲਾ ਦਿੱਤਾ ਤੇ ਗਾਣਾ ਆਪਣਾ ਹੋ ਗਿਆ ਡਨ ਸ਼ੂਟ ਹੋ ਗਿਆ ਭਾਜੀ ਹੁਣ ਦਾ ਪਹਿਲਾ ਗਾਣਾ ਸੀ ਗਾਇਆ ਮੇਰਾ ਪਹਿਲਾ ਕੀਤਾ ਸ਼ੂਟ ਮੈਂ ਜ਼ਿੰਦਗੀ 'ਚ ਮਤਲਬ ਕਿ ਗਾਣੇ ਗੁਣੇ ਆਪਾਂ ਪਹਿਲੀ ਵਾਰ ਸ਼ੂਟ ਕੀਤੇ ਉੱਦਾਂ ਪ੍ਰੀ ਵੈਡਿੰਗਾਂ ਵਗੈਰਾ 'ਤੇ ਜਾਂਦੇ ਹੁੰਦੇ ਰਹੀਦਾ ਨਾ ਭਾਜੀ ਉਹਨਾਂ ਨਾਲ ਅਤੇ ਬਹੁਤ ਧੰਨਵਾਦ ਸਾਡੇ ਉਸਤਾਦ ਜੀ ਦਾ ਪਹਿਲਾਂ ਤੁਹਾਨੂੰ ਕਿਹਾ ਸੀ ਕੁਲਵਿੰਦਰ ਸਿੰਘ ਵਿਰਦੀ ਉਹਨਾਂ ਦਾ ਜਿਹਨਾਂ ਕਰਕੇ ਅਸੀਂ ਆਪਾਂ ਅੱਜ ਸ਼ੂਟ ਕਰਨ ਜੋਗੇ ਹੋ ਗਏ ਹਾਂ ਕੀਤਾ ਸ਼ੂਟ ਅਤੇ ਬਾਕੀ ਸਾਰੇ ਜਿੰਨੇ ਵੀ ਭਰਾ ਸਾਡੇ ਆਏ ਆ ਸੁੱਖ ਢਿੱਲੋਂ ਹੋਣੀ ਬਾਕੀ ਇੱਧਰ ਇੰਦਰ ਹੋਣੀ ਖੜ੍ਹੇ ਆ ਸਾਬੀ ਹੋਣੀ ਖੜ੍ਹੇ ਆ ਅਤੇ ਬਾਕੀ ਜਿੰਨੇ ਵੀ ਭਰਾ ਸਾਡੇ ਹੋਰ ਵੀ ਸੁੱਖੀ ਭੁੰਦੀਆਂ ਹੋਣੀ ਵੀ ਪਹੁੰਚੇ ਸੀਗੇ ਅਤੇ ਜਿਹੜੇ ਨਹੀਂ ਵੀ ਚਲੋ ਉਹਨਾਂ ਦਾ ਵੀ ਧੰਨਵਾਦ ਕਿ ਸਾਰੇ ਜ਼ਰੂਰੀ ਕੰਮਾਂ 'ਚ ਵੀ ਸੀਗੇ ਕੋਈ ਵੈਸੇ ਕਿਸੇ ਦੀ ਕੋਈ ਐਮਰਜੈਂਸੀ ਸੀਗੀ ਕਿਸੇ ਨੂੰ ਹੈ ਨਾ ਅਤੇ ਸਨੀ ਭਾਜੀ ਹੁਣ ਵੀ ਸਾਡੇ ਆਏ ਸੀਗੇ ਪਿੰਡੋ ਤਲਵੰਡੀ ਤੋਂ ਸਨੀ ਭਾਜੀ ਉਹਨਾਂ ਦਾ ਬਹੁਤ ਧੰਨਵਾਦ ਅਤੇ ਬਾਕੀ ਤਾਂ ਗੱਲਬਾਤ ਸਾਂਝੀ ਇਹ ਕਰਨੀ ਚਾਹੁੰਦੇ ਹਾਂ ਬਲੌਗ ਅਸੀਂ ਤਾਂ ਬਣਾਇਆ ਸੀ ਕਿ ਅਸੀਂ ਕੋਈ ਜ਼ਿਆਦਾ ਪ੍ਰਮੋਸ਼ਨ ਨਹੀਂ ਗਾਣੇ ਦੀ ਕਰ ਸਕਦੇ ਕਿਉਂਕਿ ਸਾਡਾ ਸਾਰਾ ਭਰਾ ਮਾਰੇ ਸਰਕਲ ਨਾਲ ਹੀ ਗਾਣਾ ਸ਼ੂਟ ਹੋਇਆ ਆ ਅਤੇ ਗਾਣਾ ਜਿਹੜਾ ਸਾਡਾ ਇਹ ਨਵੇਂ ਸਾਲ 'ਤੇ 1 ਤਰੀਕ ਨੂੰ 1 ਜਨਵਰੀ 2024 ਨੂੰ ਅਸੀਂ ਰਿਲੀਜ਼ ਕਰਨਾ ਗਾਣਾ ਗਾਣਾ ਸਾਡਾ ਆਊਗਾ ਜੀ ਆਪਣੇ ਕੋਈ 10 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਕਿਸੇ ਵੀ ਟਾਈਮ ਆ ਸਕਦਾ ਕਿਉਂਕਿ ਟਾਈਮ ਮੌਕੇ 'ਤੇ ਅਸੀਂ ਦੇਖਾਂਗੇ ਕਿੰਨੇ ਵਜੇ ਰਿਲੀਜ਼ ਕਰਦੇ ਹੋ ਸਕੇ 10 ਵਜੇ ਕਰ ਦਈਏ 12 ਵਜੇ 2 ਵਜੇ ਤੱਕ ਆਊਗਾ ਗਾਣਾ ਅਤੇ ਚੈਨਲ ਨੂੰ ਸਪੋਰਟ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਇਸ ਬਲੌਗ ਨੂੰ ਅਤੇ ਇਹਨੂੰ ਅਸੀਂ ਪ੍ਰਮੋਸ਼ਨ ਕਹਿ ਸਕਦੇ ਹਾਂ ਅਤੇ ਬਾਕੀ ਹੈਪੀ ਸਾਡਾ ਭਾਜੀ ਇੱਕ ਇੰਦਰ ਉਹਨਾਂ ਦਾ ਛੋਟਾ ਭਰਾ ਉਹ ਵੀ ਆਇਆ ਸੀਗਾ ਉਹਦਾ ਵੀ ਬਹੁਤ ਬਲੌਗ ਨੂੰ ਵੀ ਪਿਆਰ ਦਿਓ ਅਤੇ ਗਾਹ ਗਾਣਾ ਆਉਣਾ ਸਾਡਾ 1 ਤਰੀਕ ਨੂੰ ਉਹਨੂੰ ਵੀ ਪਿਆਰ ਦਿਓ
ਤੇ ਮਿਲਾਂ ਕਿਸੇ ਹੋਰ ਤੁਹਾਨੂੰ ਨਵੇਂ ਬਲੌਗ ਦੇ ਵਿੱਚ। ਤੇ ਕਹਿੰਦਾ ਮੇਰਾ ਬਲੌਗ ਵੀ ਆ ਸਕਦਾ ਕਿਉਂਕਿ ਥੋੜੇ ਬਹੁਤ ਸਾਡੇ ਕੋਲ ਸ਼ੂਟ ਵੀ ਹੈਗੇ ਆ। ਗਾਣਾ 1 ਤਰੀਕ ਨੂੰ ਆਊਗਾ 10 ਵਜੇ ਤੋਂ ਲੈ ਕੇ 2 ਵਜੇ ਤੱਕ ਕਿਸੇ ਟਾਈਮ ਵੀ ਆ ਸਕਦਾ ਨਵੇਂ ਸਾਲ ਤੇ। ਤੇ ਸਪੋਰਟ ਕਰਿਓ ਪੂਰਾ ਤੇ ਹੋਰ ਬਲੌਗ ਦੇਖਣ ਚੈਨਲ ਨੂੰ ਕਹੋ ਸਬਸਕ੍ਰਾਈਬ। ਮਿਲਦੇ ਹਾਂ ਕਿਸੇ ਹੋਰ ਬਲੌਗ ਦੇ ਵਿੱਚ। ਧੰਨਵਾਦ।